ਸਫਾ ਦੀਆਂ ਗੁੰਝਲਾਂ ਤੇ ਲਕੀਰਾਂ ਨਾਲ ਕੜੇ ਲਫ਼ਜ਼ ਸਦਰਾਂ ਚ ਪਿੱਜੇ ਹੰਝੂਆਂ ਚ ਰਿਜੇ ਸੁਫਨਿਆਂ ਤੇ ਸਚਾਈਆਂ ਦੇ ਵਿੱਚ ਵਗਦੇ ਦਰਿਆਵਾਂ ਚ ਡੁੱਬੇ ਪਰ ਕਿਤੋਂ ਵੀ ਇਹਨਾਂ ਲਫ਼ਜ਼ਾਂ ਨੂੰ ਲੱਭ ਕੇ ਲਿਆਉਣ ਦਾ ਹੁਨਰ ਸ਼ੇਖ ਮੁਹੰਮਦ ਸਾਦਿਕ ਚ ਬਚਪਨ ਤੋਂ ਹੀ ਰਿਹਾ ਹੈ ਲਾਹੌਰ ਚ ਜਨਮੇ ਪਲੇ ਤੇ ਵਸਦੇ ਸਾਦਿਕ ਨੇ 35,000 ਤੋਂ ਉੱਤੇ ਗੀਤ ਲਿਖੇ ਹਨ ਇਹ ਗੱਲ ਉਹਨਾਂ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਤਾਂ ਹੈਰਾਨ ਕਰਦੀ ਹੈ ਪਰ ਗੁਫ਼ਤਗੂ ਤੋਂ ਬਾਅਦ ਸਾਫ਼ ਹੋ ਜਾਂਦਾ ਹੈ ਕਿ ਕਲਾਮ ਜਿਵੇਂ ਇਹਨਾਂ ਦੀ ਜ਼ੁਬਾਨ ਤੋਂ ਖੁੱਲ੍ਹਾ ਚੜ੍ਹਦਾ ਹੈ ਵਰਦਾ ਹੈ ਇਹ ਕੋਈ ਆਮ ਬਾਤ ਨਹੀਂ ਬਲਕਿ ਧੁਰ ਤੋਂ ਹੀ ਸੱਜ ਕੇ ਖਾਸ ਇਹਨਾਂ ਲਈ ਆਈ ਹੈ ਉਸ ਗੁਫ਼ਤਗੂ ਦਾ ਛੋਟਾ ਜਿਹਾ ਹਿੱਸਾ ਪੇਸ਼ ਹੈ ਬਿਟਵੀਨ ਅਸ ਤੁਹਾਡਾ ਸਾਡੇ ਸ਼ੋਅ 'ਚ ਬਹੁਤ ਬਹੁਤ ਸਵਾਗਤ ਹੈ ਸਾਦਿਕ ਜੀ ਜੀ ਥੈਂਕ ਯੂ ਸਭ ਤੋਂ ਪਹਿਲੇ ਮੈਂ ਤੁਹਾਡੇ ਚੈਨਲ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਯਾਦ ਕੀਤਾ ਔਰ ਮੈਨੂੰ ਮੌਕਾ ਦਿੱਤਾ ਮੈਂ ਗੁਫ਼ਤਗੂ ਦਾ ਆਗਾਜ਼ ਜਿਹੜਾ ਉਹ ਇਸ ਸ਼ੇਅਰ ਤੋਂ ਕਰਾਂਗਾ ਜੀ ਕਿ ਸੁੱਕੇ ਪੱਤਰ ਪਾਣੀ ਦੇ ਵਿੱਚ ਹਰਿਆਂ ਹੋਣ ਲਈ ਗਲ ਜਾਂਦੇ ਨੇ ਸਾਡੇ ਟੁੱਟੇ ਦਿਲ ਨੂੰ ਕਿਸੇ ਵੀ ਪੁੱਛਿਆ ਨਾ ਉਂਝ ਤੇ ਪਾਟੇ ਨੋਟ ਵੀ ਕਿਧਰੇ ਚੱਲ ਜਾਂਦੇ ਬਹੁਤ ਖੂਬਸੂਰਤ ਤੁਸੀਂ ਪੰਜਾਬ ਵਿੱਚ ਤੁਹਾਡਾ ਚੱਕਰ ਲੱਗਿਆ ਤੁਸੀਂ ਘੱਟ ਤੋਂ ਘੱਟ ਤਿੰਨ ਚਾਰ ਦਫਾ ਦਿੱਲੀ ਬੰਬੇ ਇੱਧਰ ਮੈਂ ਤਕਰੀਬਨ 7 ਸਾਲ ਤੋਂ ਆ ਰਿਹਾ ਇੱਥੇ ਜੀ ਪਿਛਲੇ ਮਹੀਨੇ ਵੀ ਮੈਂ ਇੱਥੇ ਸਾਂ ਜੀਤ ਜਗਜੀਤ ਦਾ ਗਾਣਾ ਸੀ ਸਿੰਗਰ ਸਾਡਾ ਤੈਨੂੰ ਮੇਰੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ ਮਰ ਕੇ ਵੀ ਸੀਨੇ ਲਾਈਆਂ ਚਿੱਠੀਆਂ ਮੈਂ ਤੇਰੀਆਂ ਆ ਜਾ ਤੂੰ ਉਡੀਕਦੀਆਂ ਤੈਨੂੰ ਅੱਖਾਂ ਮੇਰੀਆਂ ਜਿਵੇਂ ਅਸੀਂ ਮਰੇ ਹੋਰ ਕੋਈ ਮਰੇਗਾ ਤੇ ਦੱਸੀ ਨਹੀਂ ਤੈਨੂੰ ਮੇਰੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ ਜਦੋਂ ਤੇਰੇ ਨੈਣਾਂ ਨੇ ਪੜਾਈਆਂ ਸਾਨੂੰ ਪੱਟੀਆਂ ਪੋ ਦੀਆਂ ਰਾਤਾਂ ਅਸਾਂ ਜਾਗ ਜਾਗ ਕੱਟੀਆਂ ਜਿਵੇਂ ਅਸੀਂ ਪਾਲੇ ਠਰੇ ਕੋਈ ਠਰੇਗਾ ਤੇ ਦੱਸੀ ਤੈਨੂੰ ਮੇਰੇ ਜਿੰਨਾ ਪਿਆਰ ਕੋਈ ਕਰੇਗਾ ਤੇ ਦੱਸੀ ਉਹਨਾਂ ਨੇ ਫਿਰ ਮੈਨੂੰ ਬੁਲਾਇਆ ਜੀ ਜੀ ਇਹ ਦਰਦ ਜਿਹੜਾ ਤੁਹਾਡੇ ਗੀਤਾਂ 'ਚ ਬਹੁਤ ਜ਼ਿਆਦਾ ਗਹਿਰਾ ਉਭਰ ਕੇ ਆਉਂਦਾ ਹੈ ਉਹ ਅਸੀਂ ਆਫਕੋਰਸ ਉਸ ਬਾਰੇ ਮੈਂ ਗੱਲ ਬਾਅਦ 'ਚ ਕਰਾਂਗੀ ਲੇਕਿਨ ਤੁਸੀਂ ਪੰਜਾਬ 'ਚ ਤੁਹਾਡੇ ਤੁਸੀਂ ਕਹਿ ਰਹੇ ਹੋ ਅਕਸਰ ਤੁਹਾਡੇ ਚੱਕਰ ਲੱਗਦੇ ਰਹਿੰਦੇ ਸਾਲ 'ਚ ਘੱਟ ਤੋਂ ਘੱਟ 8 ਤਾਂ ਲੱਗਦੇ ਹੀ ਹੈ ਤੁਹਾਡੇ ਜੀ ਜੀ ਲਾਹੌਰ ਤੋਂ ਤੁਸੀਂ ਆਉਂਦੇ ਹੋ ਜੀ ਪੰਜਾਬ ਵਿੱਚ ਤੁਹਾਡੇ ਹਿਸਾਬ ਨਾਲ ਸੰਗੀਤ ਦਾ ਕੀ ਲੈਵਲ ਹੈ ਤੁਸੀਂ ਕੀ ਸਮਝਦੇ ਹੋ ਕਿ ਸੰਗੀਤ ਕਿੱਥੇ ਖੜਾ ਹੈ ਨਹੀਂ ਇੰਡੀਆ 'ਚ ਬਹੁਤ ਵਧੀਆ ਲੈਵਲ ਹੈ ਸੰਗੀਤ ਦਾ ਕੋਈ ਐਸੀ ਗੱਲ ਨਹੀਂ ਸਿਰਫ ਇਹ ਹੈ ਕਿ ਜ਼ਰਾ ਉਹ ਜੈਸਾ ਦੇਸ਼ ਵੈਸਾ ਬੇਸ ਸ਼ਾਇਰੀ ਦੇ ਬਾਰੇ ਗੱਲ ਕੀਤੀ ਸੀ ਕਿ ਅੱਛੇ ਬੁਰੇ ਰਾਈਟਰ ਹਰ ਜਗ੍ਹਾ ਤੇ ਮੌਜੂਦ ਹੁੰਦੇ ਨੇ ਦੂਸਰਾ ਹੈ ਕਿ ਇੱਥੇ ਰਿਕਾਰਡਿੰਗ ਬਹੁਤ ਵਧੀਆ ਹੁੰਦੀ ਹੈ ਕੁਆਲਿਟੀ ਬਹੁਤ ਵਧੀਆ ਹੈ ਵੱਡਾ ਮੁਲਕ ਹੈ ਪੈਸਾ ਬਹੁਤ ਹੈ ਸਾਡਾ ਛੋਟਾ ਮੁਲਕ ਹੈ ਸਾਡੇ ਕੋਲ ਪੈਸੇ ਵੀ ਨਹੀਂ ਹੁੰਦੇ ਸਾਡੇ ਅਸੀਂ 70-80,000 'ਚ ਕੇਸਟ ਕਰਨੇ ਆ ਤੇ ਉਹ ਵੀ ਸਾਡੀ ਕਰੰਸੀ ਅੱਧੀ ਹੈ 40,000 ਇੰਡੀਅਨ ਦੇ ਵਿੱਚ ਅਸੀਂ ਪੂਰਾ ਐਲਬਮ ਕਰ ਦਿੰਦੇ ਹਾਂ ਜਿਹੜੇ ਤੁਸੀਂ ਨੁਸਰਤ ਅਲੀ ਖਾਨ ਦੇ ਗਾਣੇ ਸੁਣੇ ਨੇ ਤਕਰੀਬਨ 99% ਮੇਰੇ ਸਟੂਡੀਓ ਦੇ ਰਿਕਾਰਡਿੰਗ ਮੇਰਾ ਸਟੂਡੀਓ ਵੀ ਹੈ ਕੰਪਨੀ ਵੀ ਬੇਟਾ ਮੇਰਾ ਰਿਕਾਰਡਿੰਗ ਕਰਦੇ ਜਿਹੜੇ ਮੈਨੂੰ ਸੋਚਾਂ ਨਹੀਂ ਦੇ ਗਿਆ ਸੁਗਾਤਾਂ ਸੁੱਖ ਮਾਹੀ ਨਾਲ ਲੈ ਗਿਆ ਇਹ ਖਾਨ ਸਾਹਿਬ ਦੀ ਡੈਥ ਤੋਂ ਪਹਿਲੇ ਮਤਲਬ ਲਿਖਿਆ ਮੈਂ ਥੋੜ੍ਹੇ ਦਿਨ ਪਹਿਲੇ ਨਾ ਤੇ ਇਸ ਤਰ੍ਹਾਂ ਕਰਕੇ ਇਹ ਇੱਥੇ ਦਾ ਜਿਹੜਾ ਮੀਡੀਆ ਬਹੁਤ ਵੱਡਾ ਹੈ ਸੋ ਤੁਹਾਡੇ ਹਿਸਾਬ ਨਾਲ ਇੱਥੇ ਟੈਕਨੋਲੋਜੀ ਚੰਗੀ ਹੈ ਹਾਂਜੀ ਚੰਗੀ ਪਰ ਸ਼ਾਇਦ ਉਨੀ ਅੱਛੀ ਸ਼ਾਇਰੀ ਬਹੁਤ ਵਧੀਆ ਨੇ ਲੇਕਿਨ ਗਾਇਕੀ ਵੀ ਵਧੀਆ ਅਗਰ ਮੈਂ ਇੱਥੇ ਕਹਾਂਗਾ ਤੇ ਹਿੰਦੁਸਤਾਨ ਨਾਲ ਨਾਮ ਸਾਫੀ ਹੋਵੇਗੀ ਲੇਕਿਨ ਇਹ ਆ ਕਿ ਕੁਝ ਗੱਲਾਂ ਸਾਡੇ ਨਾਲ ਹਿੰਦੁਸਤਾਨ ਦੀਆਂ ਨਹੀਂ ਮਿਲਦੀਆਂ ਤੇ ਕੁਝ ਪਾਕਿਸਤਾਨ ਨਾਲ ਨਹੀਂ ਮਿਲਦੀਆਂ ਫਨਕਾਰ ਇੱਥੇ ਵੀ ਬਹੁਤ ਵਧੀਆ ਨੇ ਲੇਕਿਨ ਥੋੜ੍ਹਾ ਜਿਹਾ ਜਿਹੜੇ ਇਸ ਕੰਮ ਦੇ ਉਸਤਾਦ ਲੋਕ ਹੋਏ ਨੇ ਉਹ ਮੈਂ ਨਹੀਂ ਕਹਿੰਦਾ ਇਹ ਲੋਕ ਜਿਹੜੇ ਇੱਧਰ ਦੇ ਗੁਰੂਕਾਰ ਨੇ ਉਹ ਕਹਿੰਦੇ ਨੇ ਕਿ ਉੱਧਰ ਆਰਟਿਸਟ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਯਾਨੀ ਕਿ ਸਾਡਾ ਮੁਲਕ ਮੈਂ ਇੱਥੇ ਆਪਣੇ ਆਪਣੇ ਪਾਕਿਸਤਾਨ ਦੇ ਸਮਝ ਲਓ ਕਿ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਮੈਂ ਲੇਕਿਨ ਮੈਨੂੰ ਸੱਚ ਕਹਿਣ ਤੋਂ ਮੇਰਾ ਨਾਂ ਸਾਦਿਕ ਹੈ ਅਤੇ ਸਾਦਿਕ ਦਾ ਮਤਲਬ ਹੁੰਦਾ ਸੱਚਾ ਮੈਂ ਸੱਚ ਕਹਿਣ ਤੋਂ ਬਾਜ਼ ਨਹੀਂ ਆਉਂਦਾ ਜੋ ਵੀ ਹੋਵੇ ਕਿ ਸਾਡੇ ਮੁਲਕ 'ਚ ਫਨਕਾਰ ਨੂੰ ਜੀਣ ਨਹੀਂ ਦਿੰਦੇ ਅਤੇ ਇੱਥੇ ਫਨਕਾਰ ਨੂੰ ਮਰਨ ਨਹੀਂ ਦਿੰਦੇ ਕਿ ਮੈਂ 35,000-40,000 ਗਾਣਾ ਲਿਖ ਕੇ ਵੀ ਅੱਜ ਮੈਨੂੰ ਆਪਣੀ ਰੋਜ਼ੀ ਰੋਟੀ ਲਈ ਇੰਡੀਆ 'ਚ ਆਉਣਾ ਪੈਂਦਾ ਔਰ ਪਾਕਿਸਤਾਨੀ ਹਕੂਮਤ ਨੇ ਮੈਨੂੰ ਕਿਸੇ ਕਿਸਮ ਦੇ ਅਵਾਰਡ ਤੋਂ ਨਹੀਂ ਨਿਵਾਜ਼ਿਆ ਅੱਜ ਤੱਕ ਮੋਨੋਪੋਲੀ ਸਿਸਟਮ ਬਹੁਤ ਹੈ ਹਕੂਮਤ ਫਨਕਾਰਾਂ ਦਾ ਖਿਆਲ ਨਹੀਂ ਕਰਦੀ ਬਿਲਕੁਲ ਇੱਥੇ ਜਿਹੜਾ ਕਿੰਗ ਵਜਾਉਂਦਾ ਉਹਦੇ ਬੂਹੇ ਅੱਗੇ ਵੀ ਦੋ ਗਨਮੈਨ ਬੈਠੇ ਨੇ ਇਹ ਥੋੜ੍ਹਾ ਦੁੱਖ ਹੁੰਦਾ ਇੱਥੋਂ ਆ ਕੇ ਜਦੋਂ ਇੱਜ਼ਤ ਮਿਲਦੀ ਹੈ ਫਨਕਾਰ ਨੂੰ ਫਿਰ ਇਹਨਾਂ ਨੂੰ ਪਤਾ ਲੱਗਦਾ ਉਹ ਇਹ ਬੰਦਾ ਸਾਡੇ ਕੋਲ ਸੀ ਹੁਣ ਕੀ ਹੋ ਗਿਆ ਯਾਨੀ ਕਿ ਸਭ ਤੋਂ ਪਹਿਲਾਂ ਮੈਂ ਰਾਜ ਬੱਬਰ ਸਾਹਿਬ ਨੇ ਇੱਕ ਉਹਨਾਂ ਦੀ ਫਿਲਮ ਸੀ ਇੱਕ ਸ਼ਹੀਦ ਊਧਮ ਸਿੰਘ ਉਹਨਾਂ ਨੇ ਵਿੱਚ ਮੇਰੀ ਕੁਆਲੀ ਰਿਕਾਰਡ ਕੀਤੀ ਉੱਥੇ ਅਮਲਾਂ 'ਤੇ ਹੋਣਗੇ ਬੜੇ ਦੁਰਗਾ ਰੰਗੀਲਾ ਸਾਹਿਬ ਨੇ ਗਾਈ ਸਭ ਤੋਂ ਮੇਰਾ ਪਹਿਲਾ ਕਲਾਮ ਹੈ ਉਹ ਮੇਰੀ ਉਮਰ ਉਸਲੇ 15-14-15 ਸਾਲ ਦੀ ਸੀ ਜਦੋਂ ਮੈਂ ਲਿਖਿਆ ਨੁਸਰਤ ਫਤਿਹ ਅਲੀ ਖਾਨ ਸੀੜੀਆਂ ਮੈਂ ਚੜ੍ਹਿਆ ਅਤੇ ਉਹਨਾਂ ਨੇ ਲਈ ਤਾਂ ਉਹਨਾਂ ਨੇ ਮੈਨੂੰ ਬਕਾਇਦਾ ਫੋਨ ਕੀਤਾ ਮੇਰਾ ਬੇਟਾ ਕਹਿੰਦਾ ਅੱਬੂ ਜੀ ਰਾਜ ਬੱਬਰ ਦਾ ਫੋਨ ਆਇਆ ਮੈਂ ਕਿਹਾ ਬੇਟਾ ਸਾਡਾ ਇਹਨਾਂ ਨਾਲ ਕੀ ਕੰਮ ਫਿਰ ਉਹ ਦੁਬਾਰਾ ਉਹਨਾਂ ਨੇ ਕਿਹਾ ਜੀ ਮੇਰੀ ਬੇਟੀ ਦੀ ਸ਼ਾਦੀ ਹੈ ਤੁਸੀਂ ਆਓਗੇ ਮੈਂ ਕਿਹਾ ਜੀ ਅਗਰ ਵੀਜ਼ਾ ਮਿਲੇਗਾ ਤਾਂ ਜ਼ਰੂਰ ਆਵਾਂਗੇ ਫਿਰ ਉਹਨਾਂ ਨੇ ਬੰਦ ਅੰਬੈਸੀ ਸੀ ਵੀਜ਼ੇ ਸਾਡੇ ਘਰ ਆ ਗਿਆ ਫਿਰ ਮੈਂ ਆਇਆ ਪਹਿਲੀ ਦਫਾ ਅੱਛਾ ਜਦੋਂ ਜੂਹੀ ਬੱਬਰ ਦੀ ਸ਼ਾਦੀ ਹੋਈ ਹੈ ਨਾ ਬੰਬੇ ਅਤੇ ਉਦੋਂ ਫਿਰ ਮੈਨੂੰ ਜਸਬੀਰ ਜੱਸੀ ਨੇ ਇੱਥੋਂ ਟਿਕਟ ਕਰੇ ਕਿ ਮੇਰੇ ਕੋਲ ਉਹਨੇ ਫਿਰ ਮੈਨੂੰ ਮਿਲਾਇਆ ਸਭ ਨਾਲ ਫਿਰ ਉਸ ਤੋਂ ਬਾਅਦ ਇਹ ਸਫ਼ਰ ਚੱਲਦਾ ਫਿਰ ਫਿਲਮਾਂ ਦੇ ਗਾਣੇ ਹੋਰ ਕਾਫੀ ਆ ਰਹੇ ਨੇ ਮੇਰੇ ਬਹੁਤ ਆ ਰਿਹਾ ਕੰਮ ਦਲੇਰ ਮਹਿਦੀ ਦੇ ਮੈਂ ਘੰਟੇ 'ਚ 22 ਗਾਣੇ ਲਿਖੇ ਘੰਟੇ 'ਚ 22 ਉਹਨਾਂ ਨੇ ਕਿਹਾ ਜੀ ਉਹਨਾਂ ਦਾ ਕਹਿੰਦਾ ਲੋਕੋ ਮੇਰਾ ਕੰਨ ਫੜ ਲਓ ਮੇਰੀ ਕਰ ਦਿਓ ਗਲਤੀਆਂ ਮਾਫ਼ ਭੈਣ ਦਿਆਂ ਵੀਰਾਂ ਦੇ ਉਹ ਮਾਂ ਦਿਆਂ ਚੰਨਾਂ ਦੇ
ਇਸ ਤਰ੍ਹਾਂ ਦੀ ਇੱਕ ਲੈਣ ਅਗਰ ਯੂਰੀਏ ਦੇ ਦੁੱਧ ਬਣ ਗਏ ਤੇ ਮੱਝੀਆਂ ਦੇ ਕਿੱਥੇ ਥਣ ਗਏ ਉਹ ਭਾਈਚਾਰਾ ਕਾਇਮ ਨਾ ਰਿਹਾ ਉਹ ਪਹਿਲੇ ਵਾਲਾ ਟਾਈਮ ਨਾ ਰਿਹਾ ਉਹ ਕੁੱਖਾਂ ਵਿੱਚ ਧੀਆਂ ਮਾਰਦੇ ਤੇ ਪੁੱਤਰਾਂ ਤੋਂ ਜਾਨਾਂ ਵਾਰਦੇ ਕਿੱਥੇ ਟੁਰ ਗਿਆ ਰੰਗਲਾ ਪੰਜਾਬ ਲੋਕੋ ਮੇਰਾ ਕੰਨ ਫੜ ਲਓ ਇਹ ਸੀ ਤੁਸੀਂ ਇੱਕ ਘੰਟੇ ਚ ਬਾਈ ਗਾਣੇ ਲਿਖੇ ਉਹਨਾਂ ਨੇ ਫੋਨ ਕੀਤਾ ਮੈਨੂੰ ਮੈਂ ਕਿਹਾ ਭਾਅ ਜੀ ਕੀ ਹਾਲ ਚਾਲ ਹੈ ਕਹਿੰਦੇ ਜੀ ਸਾਹ ਸਾਹਿਬ ਜਰਾ ਐਟੀਊਨ ਸੁਣੋ ਤੇ ਗਾਣਾ ਲਿਖੋ ਮੈਂ ਕਿਹਾ ਭਾਅ ਜੀ ਮੈਂ ਮੇਰੀ ਤਬੀਅਤ ਥੋੜ੍ਹੀ ਉਸ ਲਈ ਨਾ ਉਹ ਪੰਜਾਬੀ 'ਚ ਕਹਿੰਦੇ ਨੇ ਆਵਾਜ਼ਾਰ ਹੋਈ ਸੀ ਕੰਮ ਕਰ ਕਰਕੇ ਮੈਂ ਕਿਹਾ ਭਾਅ ਜੀ ਠਹਿਰ ਕੇ ਜ਼ਰਾ ਕਹਿੰਦੇ ਮੈਂ ਤਾਂ ਸੁਣਿਆ ਤੁਸੀਂ ਉਸੇ ਵੇਲੇ ਮੈਂ ਕਿਹਾ ਫਿਰ ਹੋਲਡ ਕਰੋ ਤੇ ਹੁਣ ਟਿਊਨ ਦੱਸੋ ਫਿਰ ਉਹਨਾਂ ਨੇ ਕਿਹਾ ਡਾਂਡਾ ਹਾਂ ਡਾਂਡਾ ਡਾਂਡਾ ਹੰਡਾ ਟਾ ਡਾਂਡਾ ਇਸ ਤਰ੍ਹਾਂ ਦੀ ਟਿਊਨ ਸੀ ਉਹ ਮੈਂ ਫਿਰ ਲਿਖਿਆ ਮੈਂ ਕਹੀ ਲਿਖੋ ਦਿਲਾਂ ਦੀਆਂ ਅੱਲਾਹ ਜਾਣਦਾ ਫਿਰ ਉਹਨੇ ਦੂਜਾ ਗਾਣਾ ਦਿੱਤਾ ਤਿੰਨ ਲਿਖ ਕੇ ਤੇ ਫਿਰ ਮੈਂ ਉਹਨੇ ਕਿਹਾ ਠੀਕ ਹੈ ਜੀ ਥੈਂਕ ਯੂ ਬਹੁਤ ਸ਼ੁਕਰੀਆ ਕੋਈ ਗੱਲ ਨਹੀਂ ਕੀਤੀ ਫਿਰ ਮੈਂ ਜਹਾਜ਼ 'ਚ ਬੈਠਾ ਸਾਂ ਤੇ ਉਹਨਾਂ ਦਾ ਫੋਨ ਆ ਗਿਆ ਤੇ ਮੈਂ ਕਿਹਾ ਭਾਅ ਜੀ ਮੈਂ ਤੁਹਾਡੇ ਸ਼ਹਿਰ ਆ ਰਿਹਾ ਕਹਿੰਦੇ ਫਿਰ ਮੇਰੇ ਹੱਲ ਸਿੱਧੇ ਆ ਜਾਓ ਫਿਰ ਜਾਂਦੇ ਹੀ ਉਹਨਾਂ ਨੇ ਮੈਨੂੰ ਨਾ ਰੋਟੀ ਨਾ ਚਾਹ ਨਾ ਪਾਣੀ ਤੇ ਮੈਨੂੰ ਮੇਰੇ ਅੱਗੇ ਵਾਜਾ ਲੈ ਕੇ ਬਹਿ ਗਏ ਇਹ ਲਿਖੋ ਜੀ ਇਹ ਲਿਖੋ ਜੀ ਫਿਰ ਉਹਨਾਂ ਨੇ ਮੈਂ 22 ਗਾਣੇ ਲਿਖੇ ਉਹਨਾਂ ਕਿਹਾ ਇੱਥੇ ਸ਼ਹਿਰ ਦੀ ਐਂਟਰੀ ਨਹੀਂ ਹੁੰਦੀ ਮੇਰੇ ਸਟੂਡੀਓ 'ਚ ਅਸੀਂ ਕਿਸੇ ਰਾਈਟਰ ਨੂੰ ਨਹੀਂ ਵੜਨ ਦਿੰਦੇ ਤੇ ਫਿਰ ਬੜੀ ਮੇਰੀ ਇੱਜ਼ਤ ਕੀਤੀ ਬਹੁਤ ਬਹੁਤ ਹੀ ਜ਼ਿਆਦਾ ਨਾ ਮੈਂ ਕਹਿੰਦਾ ਦਲੇਰ ਨਹੀਂ ਉਹਨਾਂ ਦਾ ਨਾਂ ਦਲੇਰ ਮਹਿੰਦੀ ਨਹੀਂ ਸੱਚੀ ਮੁੱਚੀ ਦੇ ਦਲੇਰ ਬੰਦੇ ਨੇ ਤੁਸੀਂ ਇੱਕ ਦਿਨ 'ਚ 100-100 ਗਾਣੇ ਵੀ ਲਿਖੇ ਹੈ ਜੀ ਜੀ ਇਹ ਕਿੱਥੋਂ ਆਉਂਦੇ ਸਾਰੇ ਇੰਨੀ ਜਲਦੀ ਇਹ ਕੁਦਰਤੀ ਤੌਰ ਤੇ ਨਾ ਰੱਬ ਜਦੋਂ ਮਿਹਰਬਾਨ ਹੁੰਦਾ ਇਹ ਅੱਲਾ ਦੀ ਤਰਫੋਂ ਮੈਂ ਛੋਟਾ ਜਿਹਾ ਸਾਂ ਜਿਹੜੇ ਮੇਰੇ ਜਿਹੜਾ ਮੈਂ ਸਕੂਲ ਦੇ ਜ਼ਮਾਨੇ 'ਚ ਚੌਥੀ ਜਮਾਤ ਦਾ ਉਦੋਂ ਮੇਰੇ ਹਲੇ ਮੇਰੀ ਉਮਰ ਜ਼ਿਆਦਾ ਤੋਂ ਜ਼ਿਆਦਾ ਹੋਏਗੀ ਤਾਂ 12 ਸਾਲ ਹੋਏਗੀ ਇਹ ਗੱਲ ਮੈਂ ਕਿਸੇ ਪ੍ਰੋਗਰਾਮ 'ਚ ਨਹੀਂ ਕੀਤੀ ਮੇਰਾ ਪਹਿਲਾ ਸ਼ੇਰ ਸੀ ਉਹ ਕਿ ਉਸ ਰਫੂਗਰ ਦੀ ਅਜ਼ਮਤ ਨੂੰ ਲੱਖ ਸਲਾਮਾ ਜਿਹੜਾ ਆਪਣਾ ਪਾਟਾ ਗਲਮਾ ਛੱਡ ਕੇ ਫਟ ਕਿਸੇ ਦੇ ਸਿੰਦਾ ਇਹ 12 ਸਾਲ ਦੀ ਉਮਰ 'ਚ ਭੁੱਲ ਭੁਲੇਖੇ ਰਸਤੇ ਦੇ ਵਿੱਚ ਕਿਧਰੇ ਮੱਥੇ ਲੱਗ ਗਿਆ ਜੇ ਵੇਖ ਕੇ ਉਹ ਹੈਰਾਨ ਤੇ ਹੋਣਗੇ ਹਾਲੀ ਤੀਕ ਵੀ ਜਿੰਦਾ ਤੇ ਉਹਦੇ 'ਚ ਇਹਦਾ ਕੁਦਰਤ ਤੌਰ 'ਤੇ ਜਿਸ ਤਰ੍ਹਾਂ ਇੱਥੇ ਮੈਂ ਇੱਕ ਹੋਰ ਗੱਲ ਕਰਨੀ ਚਾਹਾਂਗਾ ਮੀਰ ਤੱਕੀ ਮੀਰ ਸੀ ਸ਼ਾਇਦ ਇਹ ਕੋਰ ਸੀ ਉਹ ਵੀ ਬਹੁਤ ਵੱਡਾ ਰੈਟ ਸੀ ਉਹ ਸ਼ੇਰ ਬਣਾ ਰਿਹਾ ਸੀ ਇੱਕ ਕਿ ਚਮਨ ਸੇ ਆ ਰਹੀ ਹੈ ਬੂਏ ਕਬਾਬ ਚਮਨ ਸੇ ਆ ਰਹੀ ਹੈ ਬੂਏ ਕਬਾਬ ਤੇ ਉਹਦੇ ਕੋਲ ਅਗਲਾ ਮਿਸਰਾ ਨਹੀਂ ਲੱਗ ਰਿਹਾ ਉਹ ਬੱਚਾ ਪਿਸ਼ਾਬ ਕਰ ਰਿਹਾ ਸੀ ਬੱਚਿਆਂ ਦੇ ਨਾਲ ਖੇਡ ਕੇ 5-6 ਸਾਲ ਦਾ ਉਹ ਕਹਿੰਦਾ ਕਿਸੇ ਬੁਲਬੁਲ ਦਾ ਦਿਲ ਜਲਾ ਹੋਗਾ ਉਹ ਬੱਚਾ ਫਿਰ ਵੱਡਾ ਹੋ ਕੇ ਮੀਰ ਤੱਕੀ ਮੀਰ ਬਣਿਆ ਜੀ ਇਸ ਤਰ੍ਹਾਂ ਇਹ ਕੁਦਰਤੀ ਤੌਰ ਤੇ ਰੈਟਰ ਇੱਕ ਐਸਾ ਫਨ ਹੈ ਸ਼ਾਇਰੀ ਇਹ ਸਿਖਾਇਆ ਨਹੀਂ ਆ ਸਕਦਾ ਮੈਨੂੰ ਇਹ ਗੱਲ ਕਹਿੰਦੇ ਆ ਬਿਲਕੁਲ ਕੋਈ ਮੈਂ ਸ਼ਰਮ ਨਹੀਂ ਮਹਿਸੂਸ ਕਰਦਾ ਬਾਅਦ ਲੋਕਾਂ ਨੇ ਮੇਰੀਆਂ ਗੱਲਾਂ ਤੋਂ ਇਤਰਾਜ਼ ਵੀ ਕੀਤਾ ਜਿਹੜੇ ਮੁੰਡੇ ਨੇ ਨਵੇਂ ਲਿਖਣ ਵਾਲੇ ਮੇਰੀ ਇੱਕ ਲਾਈਨ ਬੇਵਜ਼ਨ ਕਰ ਦੇਣ ਤੇ ਮੈਂ ਆਪਣੇ ਹੱਥ ਵਢਾ ਕੇ ਤੇ ਮੈਂ ਸਾਰੀ ਜ਼ਿੰਦਗੀ ਹਿੰਦੁਸਤਾਨ ਦਾ ਮੂੰਹ ਹੀ ਨਹੀਂ ਕਰਾਂਗਾ ਉਹ ਕਹਿੰਦੇ ਨੇ ਵਹੀ ਤੱਕ ਦੇਖ ਸਕਦਾ ਹੈ ਨਜ਼ਰ ਜਿਸ ਕੀ ਜਹਾਂ ਤੱਕ ਉਹ ਇੱਥੇ ਮੈਂ ਇਹ ਕਵਾਂਗਾ ਸਿਰ ਇੰਨੀ ਛੋਟੀ ਉਮਰ 'ਚ ਤੁਸੀਂ ਇੰਨੀ ਗਹਿਰੀ ਸ਼ਾਇਰੀ ਕਰਨੀ ਸ਼ੁਰੂ ਕਰਤੀ ਸੀ ਤੁਸੀਂ ਇਹ ਤੁਹਾਡੇ ਹਿਸਾਬ ਨਾਲ ਇਹ ਕਿੱਥੋਂ ਆਂਦੀ ਕਿੱਥੋਂ ਹੈ ਤੁਹਾਡੀ ਮੀਆਂ ਮਾਮੂ ਸਾਹਿਬ ਸੂਫੀ ਸ਼ਾਇਰ ਹੋਏ ਨੇ ਉਹ ਲਿਖਦੇ ਨੇ ਕਿ ਜੋ ਸ਼ਾਇਰ ਬੇਪੀੜਾ ਹੋਵੇ ਸ਼ੇਰ ਉਹਦੇ ਵੀ ਰੁੱਖੇ ਉਹ ਬੇਪੀੜੇ ਥੀ ਸ਼ੇਰ ਨਹੀਂ ਹੁੰਦਾ ਅੱਗ ਬਿਨ ਤੂੰ ਨਾ ਤੁਖੇ ਔਰ ਉਹਨਾਂ ਦੀ ਕਿਤਾਬ ਦੇ ਵਿੱਚ 150 ਸ਼ੇਰ ਮੇਰਾ ਪਾਇਆ ਇਹ ਮੇਰੇ ਲਈ ਆਜ਼ਾਦ ਦੀ ਗੱਲ ਹੈ ਕਿ ਮੇਰਾ 150 ਸ਼ੇਰ ਉਹਨਾਂ ਦੇ ਨਾਂ ਦੇ ਉੱਤੇ ਲਿਖ ਕੇ ਮੈਂ ਪਾਇਆ ਸੋ ਤਮਾਮ ਜਿਹੜੇ ਸਬਜੈਕਟਸ ਤੇ ਤੁਸੀਂ ਲਿਖਦੇ ਹੋ ਸਾਰੇ ਤੁਸੀਂ ਆਪ ਬੀਤੇ ਸਾਰੇ ਨਹੀਂ ਆਪ ਬੀਤੇ ਨਹੀਂ ਮੈਂ ਜੋ ਵੀ ਇੱਕ ਹੋਰ ਸ਼ਾਇਰ ਸੀ ਮੇਰਾ ਹਲੇ ਮੀਰ ਤੱਕੀ ਮੀਰ ਦਾ ਸੀ ਕਹਾਣੀ ਮੇਰੀ ਰੂਹ ਦਾਦੇ ਜਹਾਂ ਮਾਲੂਮ ਹੋਤੀ ਹੈ ਜੋ ਸੁਣਤਾ ਹੈ ਉਸੀ ਕੀ ਦਾਸਤਾਂ ਮਾਲੂਮ ਹੋਤੀ ਹੈ ਜੋ ਦੁਨੀਆ ਨੇ ਦੁੱਖ ਮੈਨੂੰ ਦਿੱਤੇ ਮੈਂ ਉਹੀ ਉਹਨਾਂ ਦੀ ਝੋਲੀ 'ਚ ਪਲਟਾ ਕੇ ਪਾ ਦਿੰਦਾ ਉਹਨੂੰ ਸ਼ੇਰਾਂ ਦੀ ਨਜ਼ਰ ਕਰਕੇ ਸਿਰਫ ਇਹ ਹੈ ਕਿ ਆਪਣੇ ਆਪਣੇ ਤਰੀਕੇ ਹੁੰਦੇ ਨੇ ਇੱਕ ਔਰਤ ਘਰ ਨੂੰ ਸਜਾਉਂਦੀ ਹੈ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਇੱਥੇ ਪਰਦਾ ਕਿਹੜੇ ਰੰਗ ਦਾ ਲਾਉਣਾ ਇੱਕ ਔਰਤ ਉਹਦੇ ਘਰ ਨਹੀਂ ਵੀ ਸਮਾਨ ਹੁੰਦਾ ਤਾਂ ਏਡੇ ਸੋਹਣੇ ਤਰੀਕੇ ਨਾਲ ਆਪਣੇ ਬਰਤਨਾਂ ਨੂੰ ਲਾ ਕੇ ਦੀਵਾਰਾਂ ਦੇ ਨਾਲ ਸਜਾ ਕੇ ਤੇ ਘਰ ਨੂੰ ਖੂਬਸੂਰਤ ਕਰ ਲੈਂਦੀ ਹੈ ਮੈਂ ਜਿਸ ਲਿਖਣਾ ਤੇ ਲਫ਼ਜ਼ ਮੇਰੇ ਸਾਹਮਣੇ ਖਲੋ ਜਾਂਦੇ ਨੇ ਜਿੱਥੇ ਕੋਈ ਲਾਈਨ ਨਹੀਂ ਰਾਈਟਰ ਲਾ ਸਕਦਾ ਮੈਂ ਅਲਹਮਦੁਲਿਲਾ ਉਹਦੇ ਉੱਤੇ 100-100 ਸ਼ੇਰ ਕਹਿਣਾ ਮਸਲ ਮੈਂ ਸੈਂਪਲ ਪੇਸ਼ ਕਰਾਂਗਾ ਕਿ ਦੌਲਤਾਂ ਦੇ ਮਾਣ ਤੇ ਨਾ ਪਾ ਲਈ ਪੈਰੀ ਚੰਡੀਆਂ ਉਹ ਕਿਤੇ ਨਹੀਂ ਉਹ ਲੱਗਦੀਆਂ ਦਿਲਾਂ ਦੀਆਂ ਮੰਡੀਆਂ ਤੇ 2 ਦਿਨ ਜ਼ਿੰਦਗੀ ਦੇ ਲੜਿਆ ਨਾ ਕਰਨੀ ਮੌਤ ਦਾ ਸਬੱਬ ਬਣ ਜਾਂਦੀਆਂ ਨੇ ਭੰਡੀਆਂ ਦਿਲ ਜਦੋਂ ਟੁੱਟਦੇ ਤੇ ਫੇਰ ਨਹੀਂ ਉਹ ਜੁੜਦੇ ਦਿਲਾਂ ਦੀਆਂ ਤਾਰਾਂ ਕਦੀ ਕਿਸੇ ਨਹੀਂ ਉਹ ਗੰਢੀਆਂ ਤੇ ਕੱਲ ਰਾਤੀ ਸੁਪਨੇ 'ਚ ਖੂਨ ਹੋਇਆ ਦਿਲ ਦਾ ਪਿੱਟ ਪਿੱਟ ਮਰ ਗਈਆਂ ਸਦਰਾਂ ਇਹ ਰੰਡੀਆਂ ਜ਼ਿੰਦਗੀ ਦੇ ਦਿਨ ਬੰਦਾ ਕੱਟ ਲੈਂਦਾ ਹੱਸ ਕੇ ਸੱਜਣਾ ਦੇ ਵੱਲੋਂ ਜੇ ਹਵਾਵਾਂ ਆਉਣ ਠੰਡੀਆਂ ਤੇ ਇੱਕ ਸ਼ੇਰ ਲਾ ਰਿਹਾ ਕਿ ਸ਼ਾਇਦ ਹੀ ਕੋਈ ਰੈਟਰ ਐਸਾ ਲਾ ਸਕੇ ਕਿ ਅਜ਼ਲਾਂ ਤੋਂ ਜ਼ਿੰਦਗੀ ਦੇ ਕੰਨ ਵਿੰਨੇ ਹੋਏ ਨੇ ਪੌਣੀਆਂ ਅਖੀਰ ਨੇ ਮੌਤ ਦੀਆਂ ਡੰਡੀਆਂ ਉਹ ਸੁੱਖਾਂ ਦੇ ਤੇ ਸਾਰੇ ਹਿੱਸੇਦਾਰ ਹੁੰਦੇ ਸਾਦਕਾ ਦੁੱਖਾਂ ਦੀਆਂ ਕਦੀ ਕਿਸੇ ਪਾਈਆਂ ਨਹੀਂ ਵੰਡੀਆਂ ਬਹੁਤ ਹੀ ਖੂਬਸੂਰਤ ਤੁਸੀਂ ਆਪਣਾ ਕੋਈ ਵੀ ਨਜ਼ਮ ਜਿਹੜੀ ਲਿਖਦੇ ਹੋ 3-4 ਮਿੰਟ 'ਚ ਸ਼ਾਇਦ ਇਨਸ਼ਾਅੱਲਾ ਅਗਰ ਕੋਈ ਕਿਸੇ ਨੇ ਟਰਾਈ ਲੈਣੀ ਹੈ ਮੇਰੀ ਤੇ ਮੈਂ ਤੁਹਾਡੇ ਚੈਲੰਜ ਕਰ ਰਿਹਾ ਕੋਈ ਬੰਦਾ ਆ ਜਾਏ ਮੇਰੇ ਸਾਹਮਣੇ ਮੈਂ ਉਹਨੂੰ ਅਗਰ ਮੈਂ 3 ਮਿੰਟ ਤੋਂ ਜ਼ਿਆਦਾ ਲਾਵਾਂਗਾ ਉਹਦੀ ਡਿਮਾਂਡ ਤੇ ਮੈਂ ਇਹ ਕੰਮ ਹੀ ਛੱਡ ਦਿਆਂਗਾ ਜਿਸ ਤਰ੍ਹਾਂ ਦਾ ਮਰਜ਼ੀ ਗਾਣਾ ਜਿਹਨੂੰ ਮਰਜ਼ੀ ਪੁੱਛ ਲਓ ਤੁਹਾਡੇ ਸਾਰੇ ਸਿੰਗਰਾਂ ਨਾਲ ਮੈਂ ਕੰਮ ਕੀਤਾ ਸਰਦੂਲ ਸਿਕੰਦਰ ਦੇ ਮੈਂ ਦਰਬਾਰ ਦੇ ਅੰਦਰ ਜਾ ਰਿਹਾ ਸੀ ਉਹਨਾਂ ਕਹਿੰਦੇ ਇਹ ਲਿਖ ਦਿਓ ਮੰਡਾਲੀ ਸ਼ਰੀਫ ਉਹਨਾਂ ਨੂੰ ਉਸੇ ਹੰਸਰਾਈ ਬਾਰਡਰ ਤੇ ਖਲੋਤਾ ਸੀ ਮੈਂ ਲਿਖਿਆ ਕਿ ਨਫ਼ਰਤ ਜੋਗਾ ਵੇਲਾ ਕਿੱਥੋਂ ਲੱਭ ਜਾਂਦਾ ਹੈ ਲੋਕਾਂ ਨੂੰ ਹਾਲਾਂਕਿ ਦਿਨ ਜ਼ਿੰਦਗੀ ਦੇ ਤੇ ਪਿਆਰ ਕਰਨ ਲਈ ਥੋੜੇ ਨੇ ਉਹ ਵੀ ਸਾਡੀ ਧਰਤੀ ਮਾਂ ਹੈ ਤੇ ਇਹ ਵੀ
ਸਭ ਦੀ ਆਪਣੀ ਆਪਣੀ ਸੋਚ ਹੈ ਤੇ ਉਹ ਕਹਿੰਦੇ ਕਿ ਮੈਂ ਉਹਨੂੰ ਛੇੜਦਾ ਨਹੀਂ ਫਿਰ ਆਪਣੇ ਆਪ ਹੀ ਕਿਸੇ ਦਿਨ ਮੈਂ ਵਾਪਸ ਮੈਂ ਟੁਰਿਆ ਜਾ ਰਿਹਾ ਜਾਂ ਮੈਂ ਸੜਕ ਤੇ ਜਾ ਰਿਹਾ ਤੇ ਉਹਦਾ ਸ਼ੇਰ ਫਿਰ ਆਇਆ ਫਿਰ ਮੈਂ ਜਾ ਕੇ ਲਿਖ ਲਿਆ ਹਾਂ ਤੇ ਮੈਂ ਉਸਦੇ ਫਿਰ ਹੁੰਦਾ ਇਸ ਤਰ੍ਹਾਂ ਹੀ ਹੈ ਲੇਕਿਨ ਇਹਦੇ ਵਿੱਚ ਮੇਰਾ ਕੋਈ ਕਮਾਲ ਨਹੀਂ ਨਾ ਮੈਂ ਮਾਨ ਦੀ ਗੱਲ ਕਰਨਾ ਮੈਂ ਹਰ ਸਿੰਘ ਛੋਟੇ ਸਿੰਗਰ ਤੋਂ ਲੱਗ ਕੇ ਤੇ ਵੱਡੇ ਸਿੰਗਰ ਨੂੰ ਨੁਸਰਤ ਫਤਿਹ ਅਲੀ ਖਾਨ ਤੋਂ ਲੱਗ ਕੇ ਮੈਂ ਇਹ ਵੀ ਸਮਝਣਾ ਕਿ ਮੈਂ ਅੱਜ ਜੋ ਵੀ ਹਾਂ ਜਿਸ ਮੁਕਾਮ ਤੇ ਹਾਂ ਉਹਦੇ 'ਚ ਮੈਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਹਰ ਪ੍ਰੋਗਰਾਮ 'ਚ ਕਹਿਣਾ ਕਿ ਉਹਨਾਂ ਦੀ ਕਬਰ ਨੂੰ ਮੇਰਾ ਸਲਾਮ ਹੈ ਅਗਰ ਨੁਸਰਤ ਫਤਿਹ ਅਲੀ ਖਾਨ ਨਾ ਹੁੰਦਾ ਤਾਂ ਅੱਜ ਸਾਦਿਕ ਨਾ ਹੁੰਦਾ 15 ਸਾਲ ਦੀ ਉਮਰ 'ਚ ਤੁਸੀਂ ਉਹਨਾਂ ਕੋਲ ਗਏ ਹਾਂ ਉਹਨਾਂ ਕੋਲ ਉਹਨਾਂ ਨੇ ਮੇਰਾ ਬਹੁਤ ਕਲਾਮ ਗਾਇਆ ਮੈਂ ਉੱਥੇ ਅੰਬਲਾਂ ਤੇ ਹੋਣਗੇ ਨਵੇੜੇ ਕਿਸੇ ਨੇ ਤੇਰੀ ਜ਼ਾਤ ਪੁੱਛਣੀ ਫਿਰ ਸੀ ਮੈਨੂੰ ਸੋਚਾਂ ਦੀਆਂ ਦੇ ਗਿਆ ਸੁਗਾਤਾਂ ਸੁੱਖ ਮਾਹੀ ਨਾਲ ਲੈ ਗਿਆ ਫਿਰ ਸੀ ਜਿਹਨੂੰ ਕਰਨਾ ਯਾਦ ਦਿਲਾ ਉਸ ਨਹੀਂ ਆਉਣਾ ਇਹਨਾਂ ਯਾਦਾਂ ਦੇ ਸਹਾਰੇ ਤੇਰੇ ਕਿਸੇ ਕੰਮ ਨਹੀਂ ਜਿਹੜਾ ਟੁਰ ਜਾਵੇ ਇੱਕ ਵਾਰੀ ਮੁੜ ਕੇ ਨਹੀਂ ਆਉਂਦਾ ਹੁਣ ਅਥਰੂ ਨਕਾਰੇ ਤੇਰੇ ਕਿਸੇ ਕੰਮ ਨਹੀਂ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਇਹ ਹੁਣ ਮੈਂ ਸੁਨਿਧੀ ਚੌਹਾਨ ਕੋਲੋਂ ਕਰਾ ਰਿਹਾ ਇਹਨੂੰ ਗਾਣੇ ਦੇ ਵਿੱਚ ਲਿਆ ਕੇ ਨਾ ਉੱਥੇ ਨਵੀਂ ਗਿਰਾ ਲਾ ਕੇ ਅੱਛਾ ਹਾਂ ਫਿਲਮ ਇੱਥੇ ਬਣ ਰਹੀ ਜੱਟ ਰੋਮੈਂਟਿਕ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਗਾਣੇ ਲਿਖਦੇ ਪਿਛਲੀ ਦਫ਼ਾ ਮੁਲਾਕਾਤ ਹੋਈ ਹੈ ਇੱਕ ਸ਼ਬਨਮਜੀਤ ਕੋਲ ਕਰਾਇਆ ਗਾਣਾ ਔਰ ਇੱਕ ਰਾਹਤ ਫਤਿਹ ਅਲੀ ਖਾਨ ਕੋਲੋਂ ਉਹਦੇ 'ਚ ਹੋਰ ਸਨਮ ਮਾਰਵੀ ਇੱਕ ਬੜੀ ਸਾਡੀ ਬਹੁਤ ਖੂਬਸੂਰਤ ਉਹਦੇ ਵਾਸਤੇ ਫਿਰ ਆਰਫ ਲੁਹਾਰ ਉਹਦੇ 'ਚ ਪਰਫਾਰਮ ਕਰ ਰਿਹਾ ਅੱਛਾ ਹਾਂ ਇਹਦੇ 'ਚ ਦਲਜੀਤ ਸਾਹਿਬ ਹੀਰੋ ਨੇ ਮੈਂ ਉਹਨਾਂ ਨੂੰ ਮਿਲਿਆ ਨਹੀਂ ਦਲਜੀਤ ਅੱਛਾ ਉਹ ਤੇ ਨਾਲ ਉਹਨਾਂ ਦੇ ਨੀਰੂ ਬਾਜਵਾ ਉਹ ਪਹਿਲੀ ਵੀ ਇੱਕ ਫਿਲਮ ਸੀ ਜਿਹਦੇ 'ਚ ਮੇਰੇ ਗਾਣੇ ਨੇ ਮੇਲ ਕਰਾ ਦੇ ਰੱਬਾ ਬੜੀ ਹਿੱਟ ਸੋਚ ਵੀ ਮੇਰਾ ਟਾਈਟਲ ਸੌਂਗ ਤੁਹਾਡਾ ਹੀ ਹੈ ਅੱਛਾ ਤੁਹਾਡਾ ਕਲਾਮ ਜਿਹੜੀ ਆਵਾਜ਼ ਗਾ ਰਹੀ ਹੈ ਇਹ ਤੁਹਾਨੂੰ ਮੈਟਰ ਕਰਦੀ ਹੈ ਬਹੁਤ ਕਿ ਕਿਹਦੀ ਆਵਾਜ਼ ਤੁਹਾਡਾ ਕਲਾਮ ਗਾ ਰਹੀ ਹੈ ਇਹ ਤੇ ਮੈਨੂੰ ਤਜਰਬਾ ਅੱਲਾ ਨੇ ਦਿੱਤਾ ਕਿ ਮੈਂ ਬੰਦਾ ਵੇਖ ਕੇ ਦੱਸਾਂਗਾ ਕਿ ਮੇਰੇ ਕੋਲ ਚਾਰ ਬੰਦੇ ਆਣਗੇ ਅਗਰ ਮਸਲ ਇੱਕ ਨੇ ਇੱਕ ਸੂਫੀ ਹੈ ਤੇ ਇੱਕ ਬੰਦਾ ਆਇਆ ਜੀ ਉਹ ਬੜਾ ਪੈਂਟ ਸ਼ਰਟ ਪਾਈ ਉਹਨੇ ਤੇ ਇੱਕ ਆਇਆ ਬੜਾ ਉਹਨੇ ਧੋਤੀ ਬੰਨੀ ਹੈ ਤੇ ਮੈਂ ਸਮਝਾਂਗਾ ਹਾਂ ਵੀ ਪੁੱਤਰ ਕਿੰਨੇ ਗਾਣੇ ਲੈਣੇ ਨੇ ਉਹ ਕਹੇਗਾ ਜੀ ਮੈਨੂੰ ਚਾਰ ਗਾਣੇ ਚਾਹੀਦੇ ਨੇ ਤੇ ਮੈਂ ਕਿਹਾ ਅੱਛਾ ਤੈਨੂੰ ਕਿਵੇਂ ਕਿਵੇਂ ਦਾ ਚਾਹੀਦਾ ਤੈਨੂੰ ਜਨਾਜ਼ੇ ਵਾਲਾ ਗਾਣਾ ਚਾਹੀਦਾ ਕੋਈ ਉਹ ਕਹੇਗਾ ਹਾਂ ਜੀ ਮੈਨੂੰ ਚਾਹੀਦਾ ਕਿਉਂ ਮੇਰੀ ਸ਼ਕਲ ਦੂਸਰੇ ਨੂੰ ਕਹਾਂਗਾ ਤੁਹਾਨੂੰ ਸੂਫੀਆਨਾ ਕਲਾਮ ਚਾਹੀਦਾ ਚਾਹੀਦਾ ਮੈਂ ਕਹਾਂ ਐਵੇਂ ਮੈਂ ਕੋਈ 27 ਕਵਾਂਗਾ ਜਨਾਜ਼ੇ ਉਹ ਕਹੇਗਾ ਜੀ ਠੀਕ ਕਿਉਂ ਕਹਿੰਦਾ ਸੀ ਤੈਨੂੰ ਸਹਾਰਾ ਨਹੀਂ ਦੇਣਾ ਸਦਾ ਦੂਰ ਮੇਰੇਥੋਂ ਖਲੋਂਦਾ ਰਿਹਾ ਏ ਮੈਂ ਟੁਰਿਆ ਤੇ ਮੇਰੇ ਜਨਾਜ਼ੇ ਨੂੰ ਚੁੱਕ ਕੇ ਉਹ ਪੱਥਰ ਦਾ ਬਣਿਆ ਵੀ ਰੋਂਦਾ ਰਿਹਾ ਤੁਸੀਂ ਕਿਸੇ ਗਾਇਕ ਨੂੰ ਮਨਾ ਵੀ ਕੀਤਾ ਹੈ ਕਿ ਨਹੀਂ ਮੈਂ ਤੈਨੂੰ ਆਪਣਾ ਕਲਾਮ ਨਹੀਂ ਦੇਣਾ ਨਹੀਂ ਮੈਂ ਕਿਸੇ ਨੂੰ ਕਦੀ ਮਨਾ ਨਹੀਂ ਕੀਤਾ ਲੇਕਿਨ ਇਹ ਸਾਡੇ ਸਿਆਣੇ ਦੀ ਮਿਸਾਲ ਹੈ ਕਿ ਅਗਰ ਬਸੁਰਾ ਤੇ ਉਹਨੂੰ ਘਰੋਂ ਕੱਢ ਦਿਓ ਤੇ ਬੇਤਾਲ ਹੈ ਤੇ ਉਹਨੂੰ ਸ਼ਹਿਰੋਂ ਕੱਢ ਦਿਓ ਲੇਕਿਨ ਉਹਦੇ ਬਾਵਜੂਦ ਮੈਂ ਕਿਸੇ ਦਾ ਦਿਲ ਨਹੀਂ ਤੋੜਦਾ ਲੇਕਿਨ ਫਿਰ ਉਹ ਕੀ ਕਹਿੰਦੇ ਨੇ ਕਿ ਉਹ ਫਿਰ ਆਪਣੇ ਕੋਲੋਂ ਗਾਣੇ 'ਚ ਸਾਦਿਕ ਪਾ ਲੈਂਦੇ ਨੇ ਕਿਉਂਕਿ ਪਾਕਿਸਤਾਨ 'ਚ ਮੇਰੇ ਨਾਂ ਨੂੰ ਦੇਖਿਆ ਜਾਂਦਾ ਕਿ ਐਸ ਐਮ ਸਾਦਿਕ ਚਾਹੇ ਸਿੰਗਰ ਕੋਈ ਵੀ ਹੋਵੇ 15-20 ਸਾਲ ਤੋਂ ਐਸਾ ਸਿਸਟਮ ਹੈ ਅਤਾਵਲਾ ਹੇਲਵੀ ਸਾਹਿਬ ਨੇ ਮੇਰਾ 500 ਤੋਂ ਉੱਤੇ ਗਾਣੇ ਗਾਏ ਨੇ ਔਰ ਜਿਹੜੇ ਸਾਰੇ ਗਾਣੇ ਇੱਧਰ ਕਾਪੀ ਹੋਏ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਮੇਰਾ ਗਾਣਾ ਗਾਇਆ ਕਿ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਨੇ ਮਾਲੀ ਇੱਥੇ ਬਾਗਾਂ ਦੀ ਬਹਾਰ ਵੇਚ ਦਿੰਦੇ ਨੇ ਕਲੀਆਂ ਤੇ ਫੁੱਲਾਂ ਦਾ ਸ਼ਿੰਗਾਰ ਵੇਚ ਦਿੰਦੇ ਨੇ ਕਰਦੇ ਨੇ ਪਿਆਰ ਦਾ ਵਪਾਰ ਸਾਰੇ ਝੂਠੇ ਨੇ ਕਿਸੇ ਦਾ ਨਹੀਂ ਕੋਈ ਇੱਥੇ ਯਾਰ ਸਾਰੇ ਝੂਠੇ ਫਿਰ ਇੱਕ ਗਾਣਾ ਸੀ ਉਹਨਾਂ ਨੇ ਮੇਰਾ ਗਾਇਆ ਕਿ ਅੱਛਾ ਸਿਲਾ ਦਿਆ ਤੂੰ ਨੇ ਮੇਰੇ ਪਿਆਰ ਕਾ ਸ਼ੌਕਤ ਅਲੀ ਸਾਹਿਬ ਨੇ ਮੇਰੇ ਬਹੁਤ ਗਾਣੇ ਗਾਏ ਨੇ ਉਹ ਸਾਨੂੰ ਪਤਾ ਨਹੀਂ ਵਿਛੋੜਾ ਕਿਨੂੰ ਕਹਿੰਦੇ ਅਸੀਂ ਤੇ ਪਹਿਲੀ ਵਾਰ ਵਿਛੜੇ ਫਿਰ ਇਸੇ ਟਿਊਨ ਦੇ ਉੱਤੇ ਮੇਰੇ ਕੋਲ ਈਗਲ ਕੰਪਨੀ ਨੇ ਲਿਖਾਏ ਕਿ ਉੱਥੇ ਮੈਂ ਲਿਖਿਆ ਕਿ ਉਹ ਇੱਥੇ ਬਹੁਤ ਚੱਲੇ ਨੇ ਗਾਣੇ ਦਿਲ ਤੋੜ ਕੇ ਹੱਸਤੀ ਹੋ ਮੇਰਾ ਵਫਾਏ ਮੇਰੀ ਯਾਦ ਕਰੋਗੀ ਸੋਨੂ ਨਿਗਮ